ਪਿਛੇ ਕੁਝ ਦਿਨਾਂ ਤੋਂ ਲਾਈਵ ਭਾਰਤ ਤੇ ਕੰਪਲੇਂਟ ਆ ਰਹੀ ਲਗਾਤਾਰ ਹੀ ਸਾਡੇ ਕਿਸੇ ਦਰਸ਼ਕ ਵੱਲੋਂ ਸਾਨੂੰ ਮੈਸੇਜ ਕਰਕੇ ਇੱਕ ਇਤਲਾਹ ਦਿੱਤੀ ਜਾ ਰਹੀ ਸੀ ਅਸੀਂ ਉੱਤੇ ਇਤਲਾਹ ਤੇ ਅੱਜ ਵਿਜ਼ਿਟ ਕੀਤਾ ਹੈ ਮਜੀਠਾ ਰੋਡ ਅੰਮ੍ਰਿਤਸਰ ਕਾਲਾਮਾਲਾ ਚੌਂਕ ਦੇ ਕੋਲ ਜਿੱਥੇ ਸਾਡੇ ਦਰਸ਼ਕ ਵੱਲੋਂ ਅਸੀਂ ਉਸ ਦਾ ਨਾਮ ਤੇ ਨਹੀਂ ਤੁਹਾਨੂੰ ਦੱਸਾਂਗੇ ਪਰ ਇਹ ਜ਼ਰੂਰ ਦੱਸਾਂਗੇ ਸਾਨੂੰ ਇਨਫੋਰਮੇਸ਼ਨ ਦੇਣ ਵਾਲੇ ਉਸ ਦਰਸ਼ਕ ਨੇ ਸਾਨੂੰ ਦੱਸਿਆ ਕਿ ਨਜਾਇਜ਼ ਤੌਰ ਤੇ ਕੁਝ ਖੋਖੇ ਲੱਗੇ ਹਨ ਤੇ ਤਸਵੀਰਾਂ ਇੱਥੇ ਆ ਕੇ ਆਪਾਂ ਜੋ ਦੇਖੀਆਂ ਤੇ ਆਪ ਵੀ ਹੈਰਾਨ ਹੋ ਗਏ ਸਭ ਤੋਂ ਪਹਿਲਾਂ ਤਾਂ ਮੈਂ ਇੱਕ ਚੀਜ਼ ਬਿਲਕੁਲ ਨਵੇਂ ਖੋਖੇ ਲਗਾਏ ਜਾਂਦੇ ਹਨ ਨੰਬਰ 2 ਮੈਂ ਆਪਣੇ ਕੈਮਰਾਮੈਨ ਨੂੰ ਕਹੂੰਗਾ ਤਿੰਨੋਂ ਖੋਖੇ ਦਿਖਾਏ ਜਾਣ ਜੋ ਕਿ ਸ਼ੈੱਡ ਦੇ ਨਾਲ ਕੁਝ ਲੁਕਾਏ ਗਏ ਹਨ ਤੇ ਮੈਂ ਤਸਵੀਰਾਂ ਦੇ ਵਿੱਚ ਤੁਹਾਨੂੰ ਦਿਖਾਉਣਾ ਚਾਹੂੰਗਾ ਕਿ ਇੱਥੇ ਜੋ ਚੀਜ਼ ਮੈਨੂੰ ਹੈਰਾਨ ਤੇ ਪਰੇਸ਼ਾਨ ਕਰ ਰਹੀ ਹੈ ਇਸ ਖੋਖੇ ਦੇ ਵਿੱਚ ਮੈਂ ਅੱਜ ਤੱਕ ਦੇਖੇ ਹੋਣੇ ਖੋਖੇ ਤੁਸੀਂ ਵੀ ਦੇਖੇ ਹੋਣੇ ਜਿੱਥੇ ਵੀ ਲੱਕੜ ਦੇ ਖੋਖੇ ਬੰਦੇ ਆ ਉਹਨਾਂ ਨੂੰ ਪਲਾਸਟਿਕ ਪੇਂਟ ਕੀਤਾ ਜਾਂਦਾ ਸਲਾਬੇ ਤੋਂ ਬਚਾਉਣ ਦੇ ਲਈ ਹੋਰ ਕਿਸੇ ਨੁਕਸਾਨ ਤੋਂ ਬਚਾਉਣ ਦੇ ਲਈ ਸਿਉਂਕ ਤੋਂ ਬਚਾਉਣ ਦੇ ਲਈ ਪੇਂਟ ਕੀਤਾ ਜਾਂਦਾ ਪਰ ਇਹ ਪਹਿਲਾ ਖੋਖਾ ਮੈਂ ਦੇਖਿਆ ਹੈ ਦੇ ਪਾਵੇ ਤੁਸੀਂ ਨਵੇਂ ਦੇਖੋਗੇ ਅੰਦਰ ਦੀਆਂ ਦਰਜਾਂ ਬਿਲਕੁਲ ਨਵੀਆਂ ਲੱਕੜਾਂ ਤੁਹਾਨੂੰ ਦਿਖਾਣਗੀਆਂ ਪਰ ਕਾਰਨ ਕੀ ਹੈ ਇਹ ਖੋਖੇ ਤੇ ਮਿੱਟੀ ਲਗਾਈ ਗਈ ਹੈ ਮਿੱਟੀ ਲਗਾ ਕੇ ਇਹਨੂੰ ਪੁਰਾਣਾ ਦਿਖਾਉਣ ਦੀ ਕੋਸ਼ਿਸ਼ ਕੀਤੀ ਹੈ ਸਾਡੇ ਦਰਸ਼ਕ ਨੇ ਸਾਨੂੰ ਇਤਲਾਹ ਦਿੱਤੀ ਸੀ ਕਿ ਇਹ ਖੋਖੇ ਨਜਾਇਜ਼ ਤੌਰ ਤੇ ਲਗਾਏ ਗਏ ਹਨ ਸ਼ਾਇਦ ਇਹੀ ਕਾਰਨ ਹੈ ਕਿ ਇਹ ਖੋਖੇ ਲਵਾਉਣ ਵਾਲਿਆਂ ਨੇ ਇੱਥੇ ਮਿੱਟੀ ਦੀ ਪਰਤ ਚੜਾਈ ਹੈ ਤਾਂ ਕਿ ਇਹ ਪੁਰਾਣਾ ਖੋਖਾ ਦਿਖੇ ਬਿਲਕੁਲ ਤਸਵੀਰਾਂ ਦੇ ਵਿੱਚ ਮੈਂ ਕਹੂੰਗਾ ਕੈਮਰਾਮੈਨ ਨੂੰ ਜ਼ੂਮ ਕਰਕੇ ਦਿਖਾਇਆ ਜਾਵੇ ਇੱਥੇ ਇਹ ਪੇਂਟ ਜਿੱਥੇ ਨਹੀਂ ਲੱਗਾ ਉੱਥੇ ਬਿਲਕੁਲ ਸਾਫ਼ ਤੇ ਨਵੀਂ ਨਕੋਰ ਲੱਕੜ ਦਿਖ ਰਹੀ ਹੈ ਨਵੀਂ ਲੱਕੜ ਦੇ ਖੋਖੇ ਬਣੇ ਹਨ ਤੇ ਖੋਖੇ ਜਿਹੜੇ ਕਿ ਕੁਝ ਹੀ ਦਿਨ ਪਹਿਲਾਂ ਲਗਾਏ ਗਏ ਹਨ ਤਿੰਨ ਖੋਖੇ ਜਿਹੜੇ ਲਗਾਏ ਗਏ ਹਨ ਇਹ ਕਿਸ ਨੇ ਲਗਾਏ ਕਿਉਂ ਲਗਵਾਏ ਇਸ ਦੀ ਜਾਣਕਾਰੀ ਵੀ ਤੁਹਾਨੂੰ ਮੁਹੱਈਆ ਕਰਾਉਣ ਦੀ ਕੋਸ਼ਿਸ਼ ਕਰਾਂਗੇ ਪਰ ਪਹਿਲਾਂ ਤੁਹਾਨੂੰ ਤਸਵੀਰਾਂ ਦਿਖਾ ਦਿੰਦੇ ਹਾਂ ਅਸੀਂ ਤਸਵੀਰਾਂ ਦਿਖਾਉਣਾ ਚਾਹਾਂਗੇ ਕਿ ਤਿੰਨ ਖੋਖੇ ਜਿਹੜੇ ਲਗਾਏ ਗਏ ਹਨ ਬਿਲਕੁਲ ਨਵੇਂ ਖੋਖੇ ਤੇ ਸਵਾਲ ਫਿਰ ਉਹੀ ਮੈਂ ਕਰਦਾ ਕਿ ਖੋਖੇ ਨੂੰ ਕੀ ਕਾਰਨ ਹੈ ਮਿੱਟੀ ਦਾ ਪੇਂਟ ਕੀਤਾ ਗਿਆ ਬਿਲਕੁਲ ਹੀ ਤੁਸੀਂ ਸਾਫ਼ ਤੌਰ ਤੇ ਦੇਖ ਸਕਦੇ ਹੋ ਮਿੱਟੀ ਦਾ ਪੇਂਟ ਕਰਕੇ ਇਹ ਖੋਖੇ ਆਹ ਦੇਖੋ ਇਹ ਮਿੱਟੀ ਜੇ ਇਹ ਮਿੱਟੀ ਦਾ ਪੇਂਟ ਕਰਕੇ ਆ ਖੋਖੇ ਨੂੰ ਪੁਰਾਣਾ ਦਿਖਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਬਿਲਕੁਲ ਨਵੀਂ ਨਕੋਰ ਤੁਹਾਨੂੰ ਲੱਕੜ ਦਿਖੇਗੀ ਪਾਵੇ ਨਵੇਂ ਅੰਦਰ ਦੀਆਂ ਦਰਜਾਂ ਵੀ ਬਿਲਕੁਲ ਨਵੀਆਂ ਪਰ ਇਹਨੂੰ ਪੁਰਾਣਾ ਦਿਖਾਇਆ ਜਾ ਰਿਹਾ ਹੈ ਜਿੱਥੇ ਕਿ ਸਾਡੇ ਦਰਸ਼ਕ ਨੇ ਦੱਸਿਆ ਕਿ ਨਜਾਇਜ਼ ਤੌਰ ਤੇ ਖੋਖੇ ਲੱਗੇ ਹਨ ਤੇ ਇਹ ਕਿਤੇ ਨਾ ਕਿਤੇ ਸ਼ੱਕ ਦੀ ਸੂਈ ਇਸੇ ਕੜੀ ਵੱਲ ਜਾਂਦੀ ਹੈ ਕਿ ਇਹ ਖੋਖੇ ਨਜਾਇਜ਼ ਹਨ ਤਾਂ ਕਿ ਇਹਨੂੰ ਮਿੱਟੀ ਦਾ ਪੇਂਟ ਕਰਕੇ ਪੁਰਾਣਾ ਦਰਸਾਇਆ ਜਾਵੇ ਹਾਲਾਂਕਿ ਇਹਦੀ ਜਾਣਕਾਰੀ ਵੀ ਆਪਾਂ ਲੈਣ ਦੀ ਕੋਸ਼ਿਸ਼ ਕਰਾਂਗੇ ਡਿਪਾਰਟਮੈਂਟ ਤੋਂ ਕਿ ਇਹ ਖੋਖੇ ਪਾਸ ਕਰਾਏ ਗਏ ਹਨ ਕਿ ਨਹੀਂ ਇਹਦੀ ਪੋਜੀਸ਼ਨ ਜਿਹੜੀ ਹੈ ਕਾਲਾਮਾਲਾ ਚੌਂਕ ਦੇ ਕੋਲ ਹੀ ਇਹ ਖੋਖੇ ਲਗਾਏ ਗਏ ਹਨ ਜਿੱਥੇ ਕਿ ਤਿੰਨ ਖੋਖੇ ਬਿਲਕੁਲ ਹੀ ਤੁਸੀਂ ਦੇਖ ਸਕਦੇ ਹੋ ਲੜੀਬੱਧ ਤਿੰਨ ਖੋਖੇ ਲਗਾਏ ਗਏ ਹਨ ਕੁਛ ਸ਼ੈੱਡ ਕਰਕੇ ਇੱਥੇ ਬੰਦ ਕੀਤੇ ਗਏ ਹਨ ਸ਼ੈੱਡ ਦੇ ਪਿੱਛੇ ਲਗਾਏ ਗਏ ਹਨ ਤਾਂ ਕੁਛ ਬਿਲਕੁਲ ਸਾਹਮਣੇ ਤੁਸੀਂ ਦੇਖ ਸਕਦੇ ਹੋ ਤਸਵੀਰਾਂ ਦੇ ਵਿੱਚ ਇਹ ਤਿੰਨ ਖੋਖੇ ਕਿਸ ਨੇ ਪਾਸ ਕਰਾਏ ਕਿਉਂ ਕਰਾਏ ਪਾਸ ਹੋਇਆ ਕਿ ਨਹੀਂ ਹੋਇਆ ਜੇ ਪਾਸ ਹੋਇਆ ਤਾਂ ਇਹਦੇ ਉੱਤੇ ਮਿੱਟੀ ਦਾ ਪੇਂਟ ਕਿਉਂ ਕਰਾਇਆ ਗਿਆ ਮਿੱਟੀ ਦਾ ਪੇਂਟ ਕਰਕੇ ਇਸ ਨੂੰ ਪੁਰਾਣਾ ਖੋਖਾ ਕਿਉਂ ਦਿਖਾਇਆ ਜਾ ਰਿਹਾ ਜਿਸ ਤਰ੍ਹਾਂ ਕਿ ਤੁਸੀਂ ਤਸਵੀਰਾਂ ਵਿੱਚ ਦੇਖ ਰਹੇ ਹੋ ਤਿੰਨ ਖੋਖੇ ਤੇ ਆਪਾਂ ਇੱਥੋਂ ਦੇ ਕੁਝ ਲੋਕਾਂ ਨਾਲ ਵੀ ਗੱਲਬਾਤ ਕਰਾਂਗੇ ਤੇ ਮਾਰਕੀਟ ਦੇ ਪ੍ਰਧਾਨ ਵੀ ਸਾਡੇ ਨਾਲ ਹਨ ਤੇ ਪ੍ਰਧਾਨ ਜੀ ਇਹ ਜਿਹੜੇ ਖੋਖੇ ਲੱਗੇ ਕਿੰਨਾ ਚਿਰ ਹੋ ਗਿਆ ਲੱਗੇ ਨੂੰ ਇਹਨਾਂ ਨੂੰ ਹੋ ਗਿਆ ਜੀ ਮਹੀਨਾ ਕੁ ਹੋ ਚੱਲਿਆ ਮਹੀਨਾ ਹੋ ਗਿਆ ਇਹ ਕਿੰਨਾ ਨੇ ਲਵਾਏ ਇਹ ਨਹੀਂ ਪਤਾ ਜੀ ਇਹਦੇ ਬਾਰੇ ਸਾਨੂੰ ਨੌਲੇਜ ਨਹੀਂ ਹੈ ਤਿੰਨ ਵੇਲੇ ਜੇ ਖੋਖਾ ਇੱਥੇ ਲੱਗਿਆ ਤੁਸੀਂ ਦੇਖਿਆ ਹੋਣਾ ਕੌਣ ਆਇਆ ਇਹ ਲਗਵਾਉਣ ਨਹੀਂ ਇੱਥੇ ਜਦੋਂ ਲੱਗੇ ਨੇ ਇਹ ਰਾਤ ਨੂੰ ਲਗਾ ਕੇ ਗਏ ਬਿਲਕੁਲ ਬਿਲਕੁਲ ਮਾਰਕੀਟ ਜਦੋਂ ਬੰਦ ਸੀ ਉੱਥੋਂ ਮਤਲਬ ਕਿ ਚੋਰੀ ਛੁੱਪੇ ਕੰਮ ਕੀਤਾ ਗਿਆ ਰਾਤ ਦੇ ਟਾਈਮ ਹੀ ਲਾ ਗਏ ਜੀ ਰਾਤ ਦੇ ਟਾਈਮ ਤੇ ਇਹਨੂੰ ਪੇਂਟ ਵੀ ਮਿੱਟੀ ਦਾ ਲਗਾਇਆ ਗਿਆ ਤੁਸੀਂ ਦੇਖਿਆ ਅੱਜ ਤੱਕ ਕਿਤੇ ਮਿੱਟੀ ਦਾ ਪੇਂਟ ਕੀਤਾ ਹੈ ਲੱਕੜ ਨੂੰ ਨਹੀਂ ਅਸੀਂ ਨਹੀਂ ਦੇਖਿਆ ਜੀ ਮਿੱਟੀ ਨਾਲ ਪਰਤ ਚੜਾ ਕੇ ਇਹਨੂੰ ਪੁਰਾਣਾ ਦਰਸ਼ਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਆਓ ਦੇਖੋ ਲੱਗੇ ਤੇ ਹੈ ਇੱਥੇ ਜਗ੍ਹਾ ਫਾਲਤੂ ਪਈ ਸੀ ਜਗ੍ਹਾ ਲਗਾਤਾਰ ਹੀ ਸਾਨੂੰ ਮੈਸੇਜ ਆ ਰਹੇ ਇਹ ਪਿਛਲੇ ਕੁਝ ਦਿਨਾਂ ਤੋਂ ਕਿ ਨਜਾਇਜ਼ ਤੌਰ ਤੇ ਤਿੰਨ ਖੋਖੇ ਲਗਾਏ ਗਏ ਹਨ ਕੀ ਤੁਸੀਂ ਇਹਨੂੰ ਜਾਇਜ਼ ਜਾਂ ਨਜਾਇਜ਼ ਕਿਸ ਤਰ੍ਹਾਂ ਮੰਨਦੇ ਹੋ ਦੇਖੋ ਜੇ ਤੇ ਇਹਨਾਂ ਕੋਈ ਪਰਚੀਆਂ ਨੇ ਤੇ ਫਿਰ ਤਾਂ ਆਪਾਂ ਇਹਨਾਂ ਨੂੰ ਜਾਇਜ਼ ਕਹਿੰਦੇ ਆ ਜੇ ਪਰਚੀਆਂ ਨਹੀਂ ਹੈਗੀਆਂ ਤੇ ਫਿਰ ਨਜਾਇਜ਼ ਆ ਤੇ ਇਹ ਪਹਿਲਾਂ ਇੱਥੇ ਕੀ ਜੀ ਸਟਰੀਟ ਬੈਂਕ ਦੇ ਆਧਾਰ ਤੇ ਵੀ ਮਜੀਠਾ ਰੋਡ ਸਟਰੀਟ ਬੈਂਕ ਦੇ ਆਧਾਰ 'ਚ ਲਿਆਂਦਾ ਕੋਈ ਖੋਖੇ ਸ਼ਹਿਰ 'ਚੋਂ ਚੁੱਕੇ ਆ ਉਹ ਇੱਥੇ ਲਾਏ ਗਏ ਨੇ ਉਹਨਾਂ ਨੂੰ ਇੱਥੇ ਜਗ੍ਹਾ ਦਿੱਤੀ ਗਈ ਹੈ ਮੈਨੂੰ ਇੱਕ ਤੁਸੀਂ ਇੰਨਾ ਚਿਰ ਹੋ ਗਿਆ ਤੁਹਾਨੂੰ ਕਿੰਨਾ ਚਿਰ ਹੋ ਗਿਆ ਮਾਰਕੀਟ ਦੇ ਕਾਫੀ ਸਮੇਂ ਤੋਂ ਤੁਸੀਂ ਮਾਰਕੀਟ ਦੇ ਵਿੱਚ ਹੈਗੇ ਹੋ ਤੁਸੀਂ ਮਾਰਕੀਟ ਵਸਦੀ ਆਪਣੇ ਅੱਖੀਂ ਦੇਖੀ ਹੈ ਇਸ ਮਾਰਕੀਟ ਦੇ ਵਿੱਚ ਅੱਜ ਤੋਂ ਪਹਿਲਾਂ ਜਾਂ ਤੁਹਾਡੀ ਉਮਰ ਕਾਫੀ ਹੈ ਤੁਸੀਂ ਦੇਖਿਆ ਹੋਣਾ ਕਿਸੇ ਲੱਕੜ ਦੇ ਖੋਖੇ ਨੂੰ ਮਿੱਟੀ ਨਾਲ ਪੇਂਟ ਕੀਤਾ ਹੋਵੇ ਨਹੀਂ ਉਹ ਨਹੀਂ ਦੇਖਿਆ ਜੀ ਪਲਾਸਟਿਕ ਪੇਂਟ ਜਾਂ ਫਿਰ ਤਾਰਪਿੰਨ ਤੇਲ ਲਗਾਉਂਦੇ ਲੱਕੜ ਸਿਉਂਕ ਤੋਂ ਬਚਾਉਣ ਲਗਾਉਂਦੇ ਆ ਪਰ ਇਹਨਾਂ ਮਿੱਟੀ ਦਾ ਪੇਂਟ ਲਾਇਆ ਗਿਆ ਇਹ ਤਾਂ ਉਹਨਾਂ ਦੀ ਸੋਚ ਹੋਏਗੀ ਜਿਹਨਾਂ ਲਾਏ ਰਿਹਾ ਸਾਫ਼ ਤੌਰ ਤੇ ਜ਼ਾਹਿਰ ਹੁੰਦਾ ਕਿ ਇਹ ਕਿਤੇ ਨਾ ਕਿਤੇ ਆਪਣੇ ਖੋਖੇ ਪੁਰਾਣੇ ਦਰਸ਼ਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਦੇਖੋ ਇਹ ਤਾਂ ਹੁਣ ਕਾਰਪੋਰੇਸ਼ਨ ਨੂੰ ਪਤਾ ਜਾਂ ਜਿਨ੍ਹਾਂ ਨੇ ਲਾਏ ਉਹਨਾਂ ਨੂੰ ਪਤਾ ਬਾਕੀ ਜਿਸ ਤਰ੍ਹਾਂ ਖੋਖੇ ਇੱਥੇ ਲੱਗੇ ਹੋਏ ਆ ਕਾਫੀ ਪੁਰਾਣੇ ਖੋਖੇ ਲੱਗੇ ਹਨ ਉਹਨਾਂ ਦੀ ਇਸ ਤੋਂ ਪਹਿਲਾਂ ਇੱਥੇ ਕੀ ਹੈਗਾ ਸੀ ਖਾਲੀ ਜਗ੍ਹਾ ਸੀ ਇੱਥੇ ਖਾਲੀ ਜਗ੍ਹਾ ਸੀ ਖਾਲੀ ਜਗ੍ਹਾ ਰਾਤੋਂ ਰਾਤ ਇੱਥੇ ਆ ਕੇ ਤਿੰਨ ਖੋਖੇ ਲਗਾ ਦਿੱਤੇ ਜਾਂਦੇ ਹਨ ਕਿੰਨਾ ਇਸ ਤੋਂ ਬਾਅਦ ਖੋਖੇ ਲੱਗਣ ਤੋਂ ਬਾਅਦ ਕੋਈ ਬੰਦਾ ਇੱਥੇ ਆਇਆ ਜਾਂ ਜਿਹਨੇ ਕੀ ਕੰਮ ਕਰਨਾ ਕੋਈ ਮਾਰਕੀਟ 'ਚ ਗੱਲਬਾਤ ਹੋਈ ਇਸ ਚੀਜ਼ ਦੀ
मेरे को सबूत है जां मैनूं तुसीं शिफ्ट करन दे आर्डर दित्ते आ ते फिर तो जायज गिने जाणगे। जे उन्हां कोल सबूत नहीं ते फिर कारपोरेशन दा अधिकार बनदा, इहनां ते की कारवाई करनी है। एक पासे कारपोरेशन इनक्रोचमेंट के खिलाफ जाती है, जगह जगह पर की कहते रेहड़ियाँ हटवाए जाते हैं, दुकानदारों के अगों समान हटवाया जाता, दूसरी जगह कारपोरेशन की नक् के थले लोग अपने नवे खोखे लगा जाते हैं, कारपोरेशन की मंजूरी ना लगाए हैं कि बिना मंजूरी ना लगाए हैं, फिलहाल वो तो जाँच का विषय है, पर जे गैर मंजूरी ना लगाए गए हैं तो कारपोरेशन इतने एक्शन लेना चाहिए। बिल्कुल लेना चाहिए जी। तुम मार्केट के प्रधान हो तो मार्केट वालों की कहना चाहते हो अपील प्रशासन? मार्केट वाले यो कहना चाहते हैं भी जे कोई लौटबंद है, जे कोई बेरोजगार आदमी है जे तो वो लाए तो बेहतर है, तो जे कोई बिना लौट तो जिन्होंने लौड़ ही नहीं वो लावे तो फिर तो नजायज है। नहीं, दूसरी गल परमिशन होनी जरूरी है कॉरपोरेशन की, होनी जरूरी है जी। अपने परमिशन मिले गए जी, तुम काफ़ी सर तो मेरे हिसाब से दूसरी या तीसरी पीढ़ी होनी तुहाडी दुकानदारी करते। हाँ जी हाँ जी हाँ जी, काफ़ी चरण तो चलते पे आ, परची ताड़ी काफ़ी पुरानी चलती होनी है, जेडे परमिशन ना लगे हुए हूँ इतने आके जे बजाय नजायज़ तौर से कब्जा करते हैं जे मार्केट के आके तो मार्केट के हालात खराब होने ये कारपोरेशन पता होगा जी, उही हल करेगी मसला सारा। तो जी बिल्कुल कारपोरेशन का बंदा सवाल का जवाब जो है कारपोरेशन ही देगी सर। जिस तरह कि इतने खोखे लगाए गए हैं, तीन खोखे, इतने के लोगों का भी कहना, मार्केट का प्रधान का भी कहना कि रातों रात इतने खोखे रखे गए हैं। पहली गल तो जिस बंद ने पर्ची कटाई हुए जो परमिशन हुए सीना चौड़ा करके आता मार्केट के की काम करना, बोर्ड भी लगता पर इतने रातों रात खोखे लगा दिए जाए। दूसरी चीज़ खोखे के उत्ते मिट्टी लगा के उन्हें पुराना दर्शाने की भी कोशिश की जा रही है। इस खोखे के उत्ते मिट्टी लगा के उन्हें पुराना दर्शाने की भी कोशिश की जा रही है। मैं एक बार फिर तो दिखा दा, इतने बिल्कुल कोरी तुहानू लकड़ दिखेगी, बिल्कुल कोरी लकड़, अंदर दी दर्जा बिल्कुल कोरियां, लेकिन बाहर आ मिट्टी दियां परतां मोटिया मोटिया, मिट्टी का पेंट इस तरह किया पेंटर कि आ देखो तुम ए मिट्टी का पेंट करके इसनों पुराना दिखाने की कोशिश की जा रही है। तो सवाल फिर उही कि पुराना दिखाने की कोशिश की जा रही है, कितने ना कितने दाल दे विच बहुत वड्डा काला, कितने ना कितने ये चोर दरवाजे थ्रू है खोखे लगाए गए हैं। फिलहाल ये जांच का विषय है, तो आप भी कोशिश करांगे डिपार्टमेंट नाल गलबात करन दी, तो जानांगे कि ये खोखे जायज हैं कि नजायज़ हैं, तो किस दी परमिशन नाल खोखे लगाए गए हैं। माननीय कमिश्नर साहब के हुक्म अनुसार साढ़े वालों स्टेट डिपार्टमेंट वालों शहर के वक् वक् हिस्से से नजायज़ इनक्रोचमेंट के जो ड्राइव शुरू की है वो अधीन कार्रवाई की गई है। इस तहत अज रेलवे लिंक रोड से साढ़े वालों उ कब्जा किया है, किसी ने नजाय एक रैम बनाया हुआ जिथे रेहड़ियाँ लगाता है होर करता है उन्होंने रिमूव किया गया। तो इस तो अलावा मकबूलपुरा रोड के उत्ते एक व्यक्ति वालों गली के नजायज़ तौर के उत्ते पिलर लगाए हुए थे, वो महिलावासी काफ़ी देर तो शिकायत कर रहे थे, अज उन्हें रिमूव किया गया। नाल ही उन्होंने G20 की मीटिंग करके तारा वाले पुल तो लैके गोल्डन गेट तक जो अपने गैर कानूनी कब्जे से एक संप्रदाय जोड़े बाबा भूरी वाले उन्होंने वालों उस एरिए फुल बूटे लगाए जाने हैं, उस एरिए साफ सुथरा किया जाना है, तो उन्होंने सहयोग असं भी कर रहे हैं, वह भी कर रहे हैं ताकि शहर की सुंदरता बढ़ सके। जो बाहरों इस धार्मिक स्थान पर सैलानी आते हैं उन्होंने भी शहर साफ सुथरा से वधिया लगे, उस शहर की देख नूं सवारन वास्ते कारपोरेशन वालों भी जो होर धार्मिक एजेंसियां ने धार्मिक अपना काम करना चाहते हैं जां होर एजेंसियां ने जो भी काम कर रहे उन्होंने सहयोग वो सानू दे रहे हैं, असं उन्होंने सहयोग दे रहे हैं ताकि शहर की सुंदरता बहुत वधिया तरीके वधाया जा सके। तुहाडे माध्यम राही शहर वासियों नूं यही मैसेज देना चाहते हैं कि वो शहर में ट्रैफिक बहुत ज़्यादा वध चुकी है, बहुत ज़्यादा वहीकल आ चुके हैं, हर जगह ट्रैफिक जाम रहिंदा है, जे रेहड़ियां वाले जां अपनियां कारां जां जो भी है उन्होंने सही तरीके नाल सही जगह पर पार्किंग करन, वो साडा सहयोग देन। सानू पता कई लोग इहो जिहे जिहड़े नजायज़ कब्जे कर रहे हैं उन्हां बारे सानू जाणू कराउण, असीं अपनी पूरी कोशिश करांगे कि शहर की ट्रैफिक नूं और जो नजायज़ कब्जा नूं हटाया जाए ताकि लोगों और बाहरों जो संगत आती है उन्होंने किसी किस्म की कोई प्रॉब्लम ना आए। एक अमृतसर कालमल चौंक के कोल नजायज़ खोखे लगे, तीन खोखे लगे जे मेडिकल कॉलेज के कोल, अज सवेर अज दोपहरे भी साढ़े को आई सी खबर कि उसे कोई खोखे लगे आ, असं वेरीफाई करांगे कि वो पुराने खोखे या नवे खोखे लगे आ जां उन्हां दी सीधा है कि नहीं है, वेरीफाई करने उपरंत ही मैं तुहानूं इस बारे पुछ लूंगा। लगवाने वाले का कहना कि असीं अपनी मर्जी नाल लगवाया जे, तो उन्होंने जो पूछा गया कॉर्पोरेशन वालों कोई परमिशन हैगी, कहिंदे साढ़े को इस तरह की कोई परमिशन नहीं हैगी, कहिंदे जे कॉर्पोरेशन नूं इतराज़ होएगा तो ही हटा लेंगे। नहीं, यह जी कोई गल नहीं है, तुम अज दस्या तो कल असं वेरीफाई कर लाँगे। वैसे नजायज़ तो जितों तक साड़ी कोशिश होंगी है, साड़ी नॉलेज जी भी गल आती है कोई नजायज़ खोखा लग रहा है जां किसी नजायज़ इनक्रोचमेंट हो रही है, असं उन्होंने विदिन मतलब घंटे में ही रिमूव करते हैं,
ਜੇਕਰ ਇਸ ਤਰ੍ਹਾਂ ਦੀ ਕੋਈ ਗੱਲ ਹੋਏਗੀ ਤਾਂ ਅਸੀਂ ਉਹਨੂੰ ਰਿਮੂਵ ਕਰਾਂਗੇ। ਸਰ 3 ਦਿਨ ਪਹਿਲੇ ਵੀ ਤੁਹਾਡੇ ਨਾਲ ਗੱਲ ਹੋਈ ਸੀ, ਮੇਰੀ ਚੀਜ਼ ਵੈਰੀਫਾਈ ਕਰ ਰਹੇ ਕੀ ਹਾਲੇ ਤੱਕ ਮੈਂ ਵੈਰੀਫਾਈ ਕੀਤਾ ਉਸ 'ਤੇ ਮੈਨੂੰ ਤਾਂ ਕੋਈ ਇਹੋ ਜਿਹਾ ਲੱਗਿਆ ਨਹੀਂ ਜਿੱਦਾਂ ਤੁਸੀਂ ਕਹਿ ਰਹੇ ਹੋ, ਸਾਰਿਆਂ ਕੋਲ ਪਰਚੀਆਂ ਹੈਗੀਆਂ ਨੇ, ਬਾਕੀ ਫਿਰ ਵੀ ਦੁਬਾਰਾ ਕਰ ਲਾਂਗੇ। ਰੱਖੇ ਗਏ 3 ਲੱਕੜ ਦੇ ਉੱਤੇ ਉਹਦਾ ਸਰ ਕੋਈ ਐਕਚੁਅਲੀ ਕੀ ਆ ਕਿ ਮਜੀਠਾ ਰੋਡ ਦੇ ਉੱਤੇ ਨਾ ਪਿਛਲੇ ਸਮੇਂ ਦੌਰਾਨ ਕੁਛ ਲੋਕਾਂ ਨੇ ਖੋਖੇ ਆਪਣੇ ਪੁਰਾਣੇ ਖੋਖੇ ਨੂੰ ਰਿਪੇਅਰ ਕੀਤਾ ਆ, ਉਹ ਦੇਖ ਲੈਣੇ ਕਿ ਨਵੇਂ ਆ ਕਿ ਰਿਪੇਅਰ ਕਰ ਰਹੇ ਨੇ। ਸਰ ਉੱਥੇ ਤਾਂ ਜਗ੍ਹਾ ਬਿਲਕੁਲ ਖਾਲੀ ਸੀ ਨਾ, ਉੱਥੇ ਮੰਦਿਰ ਸੀ ਜਿੱਥੇ ਕਿ ਉਹਨਾਂ ਨੇ ਖੋਖੇ ਰੱਖ ਦਿੱਤੇ ਆ। ਮੰਦਰ ਦੀ ਜਗ੍ਹਾ ਤਾਂ ਅਸੀਂ ਕਦੇ ਵੀ ਨਹੀਂ ਰੱਖ ਸਕਦੇ, ਨਾ ਕੋਈ ਮੰਦਰ ਵਾਲਾ ਰੱਖਣ ਦੇਗਾ, ਇਸ ਦਿਨ ਕੋਈ ਗੱਲ ਨਹੀਂ ਹੈਗੀ ਕਿ ਮੰਦਰ ਦੀ ਜਗ੍ਹਾ 'ਤੇ ਕੋਈ ਖੋਖਾ ਰੱਖ ਲੇਗਾ। ਪ੍ਰਧਾਨ ਦਾ ਵੀ ਕਹਿਣਾ ਹੈ ਕਿ ਰਾਤੋਂ ਰਾਤ ਖੋਖੇ ਲੱਗੇ ਜੇ, ਨਹੀਂ ਇਹੋ ਜਿਹੀ ਕੋਈ ਗੱਲ ਨਹੀਂ ਹੈਗੀ, ਇਹਨੂੰ ਵੈਰੀਫਾਈ ਕਰ ਲੈਂਦੇ ਹਾਂ। ਮੈਂ ਕਿਹਾ ਦੇਖ ਲੈਂਦੇ ਹਾਂ, ਅਸੀਂ ਦੇਖ ਲੈਂਦੇ ਹਾਂ ਕਿ ਉਹ ਨਵੇਂ ਲੱਗੇ ਨੇ ਜਾਂ ਪੁਰਾਣੇ ਨੇ, ਕਿਉਂਕਿ ਕਈ ਲੋਕ ਉਸੇ ਪੁਰਾਣੇ ਖੋਖਿਆਂ ਨੂੰ ਵੀ ਸਾਡੇ ਕੋਲ 8-10 ਖੋਖਿਆਂ ਦੀ ਇੱਥੋਂ ਉਹਨਾਂ ਨੇ ਪ੍ਰਵਾਨਗੀ ਲਈ ਹੈਗੀ ਸਾਨੂੰ ਉਹਨਾਂ ਨੂੰ ਰਿਪੇਅਰ ਕਰਨ ਦੀ, ਕਿਉਂਕਿ ਖੋਖੇ ਜਿਹੜੇ ਆ ਬਹੁਤ ਪੁਰਾਣੇ ਲੱਗੇ ਹੋਏ ਨੇ, ਕੋਈ ਅੱਜ ਤੋਂ 40-45 ਸਾਲ ਪਹਿਲਾਂ ਦੇ ਖੋਖੇ ਲੱਗੇ ਹੋਏ ਨੇ, ਅਤੇ ਉਹਨਾਂ ਦੀ ਹਾਲਤ ਬਹੁਤ ਜ਼ਿਆਦਾ ਖਰਾਬ ਹੋ ਚੁੱਕੀ ਸੀ, ਅਤੇ ਉਹ ਕਈ ਲੋਕਾਂ ਨੇ ਰਿਪੇਅਰ ਕਰਨ ਦੀ ਪ੍ਰਵਾਨਗੀ ਲੈ ਕੇ ਰਿਪੇਅਰ ਕੀਤੇ ਆ, ਹੁਣ ਦੇਖਦੇ ਹਾਂ ਰਿਪੇਅਰ ਕੀਤੇ ਆ ਜਾਂ ਨਵੇਂ ਲੱਗੇ ਆ, ਵੈਰੀਫਾਈ ਕਰਨ ਉਪਰੰਤ ਹੀ ਮੈਂ ਇਹਦੇ ਬਾਰੇ ਕਹਿ ਸਕਦਾ। ਠੀਕ।